ਗੁਰਦਾਸਪੁਰ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਪਰਿਆਲ ਪੋਸਟਲ ਦੇ ਕੋਲ ਭਾਰਤ ਵਿੱਚ ਘੁਸਪੈਠ ਕਰ ਰਹੀ ਪਾਕਿਸਤਾਨ ਔਰਤ ਨੂੰ ਪੀਐਸਐਫ ਦੇ ਜਵਾਨ ਨੇ ਮਾਰ ਦਿੱਤਾ। ਔਰਤ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਭਾਰਤ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਬੀਐਸਐਫ ਜਵਾਨਾਂ ਨੇ ਉਸਨੂੰ ਰੋਕਣ ਨੂੰ ਕਿਹਾ, ਪਰ ਉਹ ਨਹੀਂ ਮੰਨੇ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਔਰਤ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ। ਅਜੇ ਉਸ ਔਰਤ ਦੀ ਪਹਿਚਾਣ ਨਹੀਂ ਹੋਈ। ਬੀਐਸਐਫ ਦੇ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਹੇ ਨੇ। ਰਾਤ ਦੇ ਸਮੇਂ ਬਰਿਆਲ ਪੋਸਟ ਦੇ ਲਾਗੇ ਪਾਕਿਸਤਾਨ ਦੀ ਸਾਈਡ ਤੋਂ ਇੱਕ ਲੇਡੀਜ਼ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਵੰਗਾਰਿਆ, ਜੋ ਨਹੀਂ ਰੁਕੀ। ਇਸ ਵਜ੍ਹਾ ਕਰਕੇ ਬੀਐਸਐਫ ਦੇ ਜਵਾਨਾਂ ਨੇ ਫਾਇਰ ਕੀਤਾ, ਜਿਸ ਨਾਲ ਇਸ ਲੇਡੀ ਦੀ ਮੌਤ ਹੋ ਚੁੱਕੀ ਹੈ। ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। ਜੋ ਵੀ ਕਾਨੂੰਨੀ ਕਾਰਵਾਈ ਅੱਗੇ ਬੀਐਸਐਫ ਦੇ ਸੀਨੀਅਰ ਆਫਿਸਰਾਂ ਨਾਲ ਡਿਸਕਸ ਕਰਕੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ।